ਹਾਂਜੀ ਕਿਹੜੀ ਕਲਾਸ ਪੜਦੇ ਸੀ ਦਸਵੀਂ ਚ ਨਾ ਬੇਟਾ ਰੋਣਾ ਕੋਈ ਨਹੀਂ ਤੇਰਾ ਇਲਾਜ ਕਰਵਾਵਾਂਗੇ ਆਪਾਂ ਕੋਸ਼ਿਸ਼ ਕਰਦੇ ਹਾਂ ਸਾਰੇ ਬਹੁਤ ਸਾਰੇ ਲੋਕ ਤਾਂ ਦੇਖ ਰਹੇ ਤੇਰੀ ਮਦਦ ਵੀ ਕਰਨਗੇ ਰੋਣਾ ਨਹੀਂ ਚਮੋਟ ਚਾਲ ਤੇ ਆ ਰਹੇ ਸੀ ਅਸੀਂ ਤੇ ਜੋ ਹਾਸਾ ਹੋਇਆ ਵਿੱਚ ਗੱਡੀ ਵੱਜੀ ਮੈਂ ਪਿੱਛੋਂ ਗੱਡੀ ਕਿਸੇ ਨੇ ਮਾਰੀ ਜਾਵੇ ਤੇ ਧੂਆਂ ਹੋ ਰਿਹਾ ਸੀ ਪਤਾ ਹੀ ਨਹੀਂ ਲੱਗਾ ਕਿਸ ਟਾਈਮ ਤੇ ਅਸੀਂ ਜਾਣੀ ਤੁਸੀਂ ਜੁੜੇ ਹੋ NNR ਨਿਊਜ਼ ਦੇ ਨਾਲ ਅਤੇ ਮੈਂ ਤੁਹਾਨੂੰ ਹਰਦੀਪ। ਦੁਨੀਆ ਦੇ ਵਿੱਚ ਬਹੁਤ ਸਾਰੇ ਇਨਸਾਨ ਬਹੁਤ ਸਾਰੇ ਲੋਕ ਦੁਖੀ ਹੈ। ਕਈ ਵਾਰ ਦੁੱਖ ਇੰਨਾ ਜ਼ਿਆਦਾ ਵੱਧ ਜਾਂਦਾ ਕਿ ਬੋਲ ਕੇ ਦੱਸਣਾ ਵੀ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ। ਹਾਦਸੇ ਬਹੁਤ ਹੁੰਦੇ ਆ। ਅਸੀਂ ਅਕਸਰ ਘਰਾਂ ਦੇ ਵਿੱਚੋਂ ਗੱਡੀਆਂ ਕੱਢਦੇ ਹਾਂ ਅਤੇ ਸੋਚਦੇ ਹਾਂ ਕਿ ਜਲਦੀ ਤੋਂ ਜਲਦੀ ਅਸੀਂ ਪਹੁੰਚ ਜਾਈਏ, ਪਰ ਤੇਜ਼ੀ ਦੇ ਨਾਲ ਕਈ ਵਾਰੀ ਨੁਕਸਾਨ ਆਉਂਦਾ ਔਰ ਗਰੀਬ ਲੋਕ ਅਕਸਰ ਇਸ ਦਾ ਸ਼ਿਕਾਰ ਵੀ ਹੁੰਦੇ ਆ। ਅਜਿਹੇ ਇੱਕ ਗਰੀਬ ਲੋਕ ਪਿੰਡ ਗਦਰੇ ਜ਼ਿਲ੍ਹਾ ਜਲੰਧਰ ਦੇ ਜੋ ਵਾਸੀ ਆ ਉਹ ਵੀ ਇਸੇ ਇੱਕ ਐਕਸੀਡੈਂਟ ਦੇ ਸ਼ਿਕਾਰ ਹੋਇਆ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ। ਇਹ ਵੀਰ ਜੀ ਉਹ ਜੋ ਨਾਲ ਇਹਨਾਂ ਦਾ ਬੇਟਾ ਜੋ 10ਵੀਂ ਕਲਾਸ 'ਚ ਪੜ੍ਹਦਾ ਸੀ, ਦੋ ਜੋ ਮੈਂਬਰ ਸੀ ਪਰਿਵਾਰ ਦੇ ਇਹ ਬੈੱਡ 'ਤੇ ਘਰ ਦੇ ਵਿੱਚ ਪਾਇਆ ਹੈ। ਦੋਨਾਂ ਦੀਆਂ ਲੱਤਾਂ ਦੇ ਵਿੱਚ ਰਾੜਾਂ ਪਈਆਂ ਹੋਈਆਂ ਔਰ ਇਸ ਤੋਂ ਬਾਅਦ ਜੋ ਇਹਨਾਂ ਦੇ ਜੋ ਪਤਨੀ ਹੈ ਉਹ ਵੀ ਐਡਮਿਟ ਯਾਨੀ ਕਿ ਦਾਖਲ ਹੈ, ਉਹਨਾਂ ਦੇ ਇਲਾਜ ਚੱਲ ਰਿਹਾ। ਇਹ ਵੀ ਇੱਕ ਐਕਸੀਡੈਂਟ ਦਾ ਸ਼ਿਕਾਰ ਹੋਇਆ। ਆਪਾਂ ਗੱਲਬਾਤ ਕਰਾਂਗੇ, ਬੇਹੱਦ ਗਰੀਬ ਪਰਿਵਾਰ ਹੈ, ਕੀ ਕਾਰਨ ਹੋਇਆ, ਕਿਸ ਤਰ੍ਹਾਂ ਸਾਰਾ ਇਹ ਪਾਣਾ ਵਾਪਰਿਆ। ਵੀਰ ਜੀ ਕੀ ਨਾਮ ਹੈ ਜੀ ਆਪਣਾ? ਜਸਵੰਤ ਸਿੰਘ। ਕਾਫੀ ਜ਼ਿਆਦਾ ਦੱਸ ਰਹੇ ਹੋ ਲੱਤਾਂ 'ਤੇ ਵੀ ਸੱਟਾਂ ਵੱਜੀਆਂ ਹੋਈਆਂ, ਬੇਟੇ 'ਤੇ ਹੀ ਵੱਜੀਆਂ, ਇਹ ਹਾਦਸਾ ਕਿਸ ਤਰ੍ਹਾਂ ਹੋਇਆ? ਹਾਦਸਾ ਜਦੋਂ ਮੂਹਰੇ ਧੂੰਆਂ ਜਾਣੀ ਕਿ ਅੱਗ ਲੱਗੀ ਸੀ ਤਾਂ ਸਾਨੂੰ ਇੱਕਦਮ ਦੇਖਿਆ ਨਹੀਂ, ਪਿੱਛੋਂ ਗੱਡੀ ਵਾਲੇ ਨੇ ਮਾਰਿਆ ਸਾਨੂੰ, ਦੋ ਘੰਟੇ ਫਿਰ ਘੰਟੇ ਬਾਅਦ ਚੱਕਿਆ ਗਿਆ ਤਾਂ ਸਾਨੂੰ ਉਦੋਂ ਪਤਾ ਲੱਗਾ ਜਦੋਂ ਕਹਿੰਦੇ ਅਗਲੇ ਮੂੰਹ 'ਚ ਪਾਣੀ ਪਾਓ ਪਾਣੀ ਪਾਓ। ਮੈਂ ਆਪਣੇ ਚਿੱਤੋਂ ਆਪਣੇ ਘਰੋਂ ਨੱਠ ਕੇ ਬਾਹਰ ਗਿਆ ਵੀ ਮੈਨੂੰ ਵੀ ਮੈਂ ਵੀ ਭੱਜ ਕੇ ਦੇਖ ਕੇ ਆਵਾਂ, ਅਤੇ ਜਦੋਂ ਦੇਖਿਆ ਤਾਂ ਮੇਰੇ ਘਰ ਵਾਲੀ ਇੱਧਰ ਪਈ ਅਤੇ ਮੇਰਾ ਪੱਟ ਇੱਧਰ ਟੁੱਟ ਗਈ। ਜਦੋਂ ਤੁਹਾਨੂੰ ਸੱਟ ਲੱਗਦੀ ਤਾਂ ਇੱਕੋ ਤੁਸੀਂ ਆਪਣੇ ਪੈਰਾਂ 'ਤੇ ਖੜ੍ਹੇ ਹੋ ਗਏ ਸੀ ਉਸ ਟਾਈਮ? ਖੜ੍ਹੇ ਟਾਈਮ ਕਿੱਥੇ ਹੋਇਆ ਨਹੀਂ, ਖਿੱਚ ਕੇ ਲਿਆਂਦਾ ਬੰਦਿਆਂ ਨੇ, 54 ਜਣੇ ਚੱਕਿਆ ਧੂ ਕੇ। ਅਸੀਂ ਉਸ ਵੇਲੇ ਖੰਭੇ ਦੇ ਪਾਲੇ ਪਾਸੇ ਜਦੋਂ ਪਏ ਸੀ ਤਾਂ ਸਾਨੂੰ ਪਤਾ ਨਹੀਂ ਲੱਗਾ। ਇਹ ਜੋ ਹਾਦਸਾ ਹੋਇਆ ਕਿਸ ਜਗ੍ਹਾ 'ਤੇ ਹਾਦਸਾ ਵਾਪਰਿਆ? ਇਹ ਪੁਆੜਾ ਪਿੰਡ ਪੁਆੜਾ ਲੰਘਦੇ ਹੀ ਥੋੜ੍ਹਾ ਜਿਹਾ ਅੱਧੇ ਕਿਲੋਮੀਟਰ ਦੇ ਹੋ ਗਿਆ। ਤੁਸੀਂ ਮੋਟਰਸਾਈਕਲ 'ਤੇ ਸੀ? ਹਾਂਜੀ, ਪਿੱਛੋਂ ਮੋਟਰਸਾਈਕਲ 'ਤੇ ਆ ਰਹੇ ਸੀ ਅਸੀਂ। ਜੋ ਹਾਦਸਾ ਹੋਇਆ ਵਿੱਚ ਗੱਡੀ ਵੱਜੀ ਗਈ? ਪਿੱਛੋਂ ਗੱਡੀ ਕਿਸੇ ਨੇ ਮਾਰੀ ਜਾਵੇ ਤਾਂ ਧੂਆਂ ਹੋ ਰਿਹਾ ਸੀ, ਪਤਾ ਹੀ ਨਹੀਂ ਲੱਗਾ ਕਿਸ ਟਾਈਮ 'ਤੇ ਅਸੀਂ ਜਾਣੀ ਕਿ ਗੱਡੀ ਦਾ ਪਤਾ ਲੱਗਿਆ ਕਿਸ ਤਰ੍ਹਾਂ? ਗੱਡੀ ਦਾ ਪਤਾ ਹੀ ਨਹੀਂ ਲੱਗਾ ਸੀ ਜਦੋਂ ਅਸੀਂ ਡਿੱਗੇ, ਤਿੰਨੇ ਜਾਣੇ ਮੁੰਡਾ ਮਿੱਤਰ ਥੋੜ੍ਹੀ ਜਿਹਾ ਚਾਰ ਕਰਮਾਂ ਪਿਰ ਰਹੇ ਸੀ ਅਤੇ ਮੇਰੇ ਘਰ ਵਾਲੀ ਮੇਰੇ ਪੱਟ 'ਤੇ ਸੀ ਤਾਂ ਮੇਰਾ ਪੱਟ ਟੁੱਟ ਕੇ ਗਿਆ ਸੀ ਤਾਂ ਸਾਨੂੰ ਹੋਸ਼ ਨਹੀਂ ਸੀ। ਉਸ ਤੋਂ ਬਾਅਦ ਕਿਸੇ ਨੇ ਘਰ ਫੋਨ ਕੀਤਾ ਕਿ ਕਿਸੇ ਆਸ ਪਾਸ ਨੇ ਚੱਕਿਆ? ਫੋਨ ਮੇਰੇ ਕੋਲ ਵੀ ਯਾਨੀ ਘਰ ਵਾਲੀ ਦੇ ਕੋਲ ਸੀ, ਉਹ ਚੱਕ ਚੁੱਕੇ ਉਹਨਾਂ ਜੋੜ ਕੇ ਉਹਨਾਂ ਨੇ ਫਿਰ ਫੋਨ ਫਾਨ ਕਿਸੇ ਨੂੰ ਕੀਤਾ ਅਤੇ ਜਿਹਦੇ ਵਿੱਚੋਂ ਨੰਬਰ ਲੱਭਦਾ ਰਿਹਾ ਇੱਕ ਦੂਜੇ ਨੂੰ, ਕਿੰਨੇ ਚਿਰ ਬਾਅਦ ਫਿਰ ਕੀਤਾ ਤਾਂ ਲੱਭਿਆ ਤਾਂ ਉਹ ਗੱਡੀ ਵਾਲੇ ਹੋਰ ਕੋਈ ਆਇਆ ਤਾਂ ਉਹਨਾਂ ਨੇ ਚੱਕ ਕੇ ਤਲਵਣ ਤੱਕ ਲਿਆਂਦਾ ਮੈਨੂੰ। ਉਸ ਤੋਂ ਬਾਅਦ ਉਸਨੂੰ ਤਲਵਣ ਦਾਖਲ ਕਰਾਇਆ ਗਿਆ? ਦਾਖਲ ਨਹੀਂ ਕਰਾਇਆ ਗਿਆ ਸੀ, ਉਹ ਡਾਕਟਰ ਨੂੰ ਦਿਖਾਇਆ, ਉਹ ਕਹਿੰਦਾ ਇਹਨਾਂ ਦੀਆਂ ਲੱਤਾਂ ਟੁੱਟੀਆਂ, ਮੇਰੇ ਵੱਸੋਂ ਬਾਹਰ ਗਿਆ ਕੰਮ। ਉਹ ਅੱਗੇ ਰੈਫਰ ਕੀਤਾ ਹੋਊਗਾ? ਉਹਨਾਂ ਨੇ ਇੱਥੋਂ ਭੇਜਤਾ, ਫਲੋਰ ਭੇਜ ਦਈਏ ਭਲੇ, ਫਲੋਰ ਭੇਜਿਆ ਤਾਂ ਉਹ ਕਹਿੰਦੇ ਟੀਕਾ ਅਸੀਂ ਨਹੀਂ ਲਾ ਸਕਦੇ, ਫਲੋਰ ਵਾਲੇ ਨੇ ਵੀ ਨਹੀਂ ਸਾਡੇ ਟੀਕਾ ਕੋਈ ਲਾਇਆ। ਉਸ ਤੋਂ ਅੱਗੇ ਫਿਰ ਕਿੱਥੇ ਗਏ? ਉਸ ਤੋਂ ਬਾਅਦ ਫਿਰ ਸਾਨੂੰ ਜਲੰਧਰ ਭੇਜਤਾ, ਇਹਨਾਂ ਨੇ ਇੱਕ ਰਾਤ ਰੱਖਿਆ, ਦੂਜੇ ਦਿਨ ਸਾਡੇ 12 ਵਜੇ ਉੱਥੇ ਜਲੰਧਰ ਕਰਤਾ। ਜਲੰਧਰ ਵਾਲਿਆਂ ਨੇ ਕਹਿੰਦੇ ਸਾਡੇ ਤੋਂ ਵੀ ਵੱਸੋਂ ਬਾਹਰ ਆ, ਵੀ ਇੱਥੇ ਚੱਕ ਕੇ ਚੰਡੀਗੜ੍ਹ ਉੱਥੇ ਲੈ ਜਾਓ ਅੰਮ੍ਰਿਤਸਰ। ਫਿਰ ਜੋ ਤੁਹਾਡਾ ਇਹ ਇਲਾਜ ਹੋਇਆ ਸਾਰਾ, ਇਹ ਕਿੱਥੋਂ ਆਇਆ? ਇਹ ਅੰਮ੍ਰਿਤਸਰ ਉਹ ਆਰਆਰ ਰੋਡ ਜੋ ਅੰਮ੍ਰਿਤਸਰ ਹੋ ਗਿਆ ਹੋਇਆ। ਇਹ ਦੋਨਾਂ ਲੱਤਾਂ ਦੇ ਵਿੱਚ ਫੈਕਚਰ ਹੈ? ਨਹੀਂ, ਆਹ ਲੱਤ ਦਾ ਬਚਾਅ ਹੋ ਗਿਆ, ਇੱਥੋਂ ਲੈ ਕੇ ਉੱਥੇ ਤੇ ਸਾਰੀ ਕਰੈਕ ਹੋ ਗਈ। ਅਤੇ ਜੋ ਨਾਲ ਬੇਟਾ ਵੀ ਇਹਨਾਂ ਦੇ ਕਿੱਦਾਂ? ਇਹਨਾਂ ਦੇ ਵੀ ਇਹੀ ਆ, ਪੱਟ ਤੋਂ ਲੈ ਕੇ ਇੱਥੇ ਸਾਰੇ ਟੁੱਟ ਗਿਆ, ਸਾਰੇ ਉੱਥੇ ਤੇ ਟਾਂਕੇ ਜਿਸ ਦੇ ਲੱਗੇ ਸੀ ਇੱਥੇ ਟੁੱਟ ਗਿਆ। ਹਾਂ ਬੇਟੇ, ਪੜ੍ਹਦੇ ਵੀ ਆ? ਹਾਂਜੀ। ਕਿਹੜੀ ਕਲਾਸ 'ਚ ਪੜ੍ਹਦੇ ਸੀ? ਦਸਵੀਂ 'ਚ। ਨਾ ਬੇਟਾ ਰੋਣਾ ਕੋਈ ਨਹੀਂ, ਤੇਰਾ ਇਲਾਜ ਕਰਵਾਵਾਂਗੇ ਆਪਾਂ, ਕੋਸ਼ਿਸ਼ ਕਰਦੇ ਹਾਂ ਸਾਰੇ, ਬਹੁਤ ਸਾਰੇ ਲੋਕ ਤਾਂ ਦੇਖ ਰਹੇ, ਤੇਰੀ ਮਦਦ ਵੀ ਕਰਨਗੇ, ਰੋਣਾ ਨਹੀਂ। ਅੱਜ ਕਿੰਨੇ ਦਿਨ ਹੋ ਗਏ ਇਸ ਤਰ੍ਹਾਂ ਪਏ? ਜੀ 15 12 13 ਦਿਨ ਹੋ ਗਏ। ਪੜ੍ਹਾਈ ਕਿੱਦਾਂ, ਸਹੀ ਚੱਲ ਰਹੀ ਸੀ? ਹਾਂਜੀ। ਇਹ ਬੱਚਾ ਪੜ੍ਹਦਾ ਸੀ, ਅੱਖਾਂ ਦੇ ਵਿੱਚ ਅਥਰੂ ਹੋਣੇ ਸੁਭਾਵਿਕ ਹੈ, ਜਦੋਂ ਕਿ ਇੱਕ ਬੱਚਾ ਪੜ੍ਹਦਾ ਸੀ ਫਿਰ ਉਸ ਤੋਂ ਹਾਦਸਾ ਵਾਪਰ ਜਾਂਦਾ। ਮੈਂ ਅਕਸਰ ਕਈ ਵਾਰ ਵੀਡੀਓ ਵੀ ਤੁਹਾਡੇ ਸਨਮੁੱਖ ਮੈਂ ਪੇਸ਼ ਕੀਤੀਆਂ ਕਿ ਕਈ ਵਾਰ ਲੋਕ ਅੱਗ ਜੋ ਲਗਾ ਦਿੰਦੇ ਆ, ਅੱਗ ਲਗਾਉਣ ਵਾਲਾ ਅੱਗ ਲਾ ਕੇ ਚਲੇ ਜਾਂਦਾ, ਉਸ ਤੋਂ ਬਾਅਦ ਕਈ ਦਰਖਤ ਮੱਚ ਜਾਂਦੇ ਆ, ਔਰ ਅੱਗ ਲੱਗਣ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਜਿਸ ਦਾ ਕਾਰਨ ਅੱਗ ਸੀ, ਔਰ ਬੱਚੇ ਦੀ ਅੱਖਾਂ ਦੇ ਵਿੱਚੋਂ ਅਥਰੂ ਨਹੀਂ ਰੁਕ ਰਹੇ।
ਅਸੀਂ ਬੜੇ ਵੱਡੇ ਵੱਡੇ ਦਾਅਵੇ ਕਰਦੇ ਕਿ ਬੜੇ ਅਸੀਂ ਉਪਕਾਰੀ ਹਾਂ, ਬੜੇ ਅਸੀਂ ਦੰਨ ਪੁੰਨ ਕਰਦੇ ਹਾਂ, ਪਰ ਨਾਲੇ ਤਾਂ ਰੁੱਖ ਸਾੜੇ, ਉਸ ਤੋਂ ਬਾਅਦ ਇਸ ਪਰਿਵਾਰ ਦਾ ਨੁਕਸਾਨ ਹੋਇਆ, ਦੋ ਇੱਥੇ ਮੈਂਬਰ ਪਏ ਆ ਔਰ ਇੱਕ ਹਸਪਤਾਲ ਜਿਹੜੇ ਇਲਾਜ ਦੇ ਵਿੱਚ ਹੈ। ਬੱਚਾ ਕਿਸ ਤਰ੍ਹਾਂ ਰੋ ਰਿਹਾ ਤੁਸੀਂ ਦੇਖ ਸਕਦੇ ਹੋ, ਕਿਉਂਕਿ ਦਸਵੀਂ ਦੇ ਵਿੱਚ ਪੜ੍ਹਦਾ ਸੀ, ਪੜ੍ਹਾਈ ਵੀ ਖਰਾਬ ਹੋਈ। ਵੀਰ ਜੀ ਤੁਸੀਂ ਕੀ ਕੰਮ ਕਰਦੇ ਹੋ? ਮੈਂ ਬਿਲਡਿੰਗ ਦਾ ਕਰਦਾ ਜੀ। ਤੁਸੀਂ ਬਿਲਡਿੰਗ ਦਾ ਕੰਮ ਕਰਦੇ ਸੀ, ਸੁਣਨ ਵਿੱਚ ਪਤਾ ਲੱਗਿਆ ਕਿ ਤੁਸੀਂ ਬਾਹਰ ਜਾਣਾ ਸੀ ਰੋਜ਼ੀ ਰੋਟੀ ਲਈ। ਰੋਟੀ ਲਈ ਅਸੀਂ ਕਿਹਾ ਵੀ ਇੱਧਰ ਦਿਹਾੜੀ, ਕਹਿੰਦੇ ਜੀ ਸਾਡੇ ਕੋਲ ਕੰਮ ਹੈ ਨਹੀਂ। ਸਾਨੂੰ ਇੱਥੋਂ ਉਹਨਾਂ ਨੇ ਜਾਣੀ ਕਿ ਜਵਾਬ ਦੇ ਦਿੱਤਾ ਸੀ ਮੈਨੂੰ। ਮੈਂ ਕਰਦੇ ਕਰਦੇ ਬਾਹਰਲਾ ਲਾ ਦਿੱਤਾ, ਮੈਂ ਕਿਹਾ ਵੀ ਚੱਲ ਦਿਹਾੜੀ ਧੱਪਾ ਕਰੀ ਜਾਂਦੇ। ਬਾਹਰ ਦਾ ਕਿੱਥੋਂ ਆਇਆ ਸੀ? ਮੈਂ ਬਾਹਰ ਜਲੰਧਰ ਲਾਇਆ ਸੀ। ਦੁਬਈ ਦਾ ਲਾਇਆ ਸੀ। ਅਤੇ ਪਿੰਡ ਵਾਸੀਆਂ ਨੇ ਵੀ ਕੋਈ ਮਦਦ ਕੀਤੀ? ਪਿੰਡ ਵਾਸੀਆਂ ਨੇ ਥੋੜ੍ਹੀ ਬਹੁਤ ਕੀਤੀ ਮਦਦ ਮੇਰੀ ਚੰਗੀ। ਉੱਦਾਂ ਮੈਂ ਜਾਣੀ ਕਿ ਚੱਕਣ ਵਾਲਾ ਹੈ ਨਹੀਂ ਸੀ, ਮੈਂ ਹੀ ਕਮਾਉਣ ਵਾਲਾ ਇਕੱਲਾ ਸੀ ਬਸ। ਹੁਣ ਤੁਸੀਂ ਬੈੱਡ 'ਤੇ ਹੋ, ਤੋਂ ਕਿੱਦਾਂ ਸਾਰਾ ਇਲਾਜ, ਕਿਸ ਤਰ੍ਹਾਂ ਚੱਲ ਰਿਹਾ? ਦਵਾਈ ਪੈਸੇ ਵੀ ਲੱਗਦੇ ਆ? ਪੈਸੇ ਵੀ ਲੱਗਦੇ, ਬਸ ਇੱਦਾਂ ਹੀ ਪਏ ਆ ਬਸ। ਉਹਨੂੰ ਗਏ ਆ, ਕੋਈ ਵੀ ਨਹੀਂ ਜਿਹੜਾ ਕੋਈ ਕਰਦਾ ਠੀਕ ਹੈ, ਬਸ ਆਹ ਹੀ ਹਾਲ ਆ। ਉਸ ਤੋਂ ਬਾਅਦ ਜੋ ਤੁਹਾਡੀ ਪਤਨੀ ਹੈ ਉਹ ਕਿੱਥੇ ਐਡਮਿਟ, ਕਿੱਥੇ ਦਾਖਲਾ? ਉਹ ਜਲੰਧਰ ਹੈ ਇਸ ਤਰ੍ਹਾਂ। ਖਰਚਾ ਤਾਂ ਬਹੁਤ ਦੱਸਦੇ ਆ, 15,000 ਦਾ ਦੇਦੇ, ਰਾੜ ਦਾ ਦੱਸਦੇ ਸੀ, ਦਵਾਈਆਂ ਤੋਂ ਵੱਖਰਾ ਹੀ। ਤੇ ਫਿਰ ਕਿੱਦਾਂ ਅਰੇਂਜਮੈਂਟ ਹੋਊਗਾ, ਕੁਛ ਹੋਇਆ? ਅਰੇਂਜਮੈਂਟ ਹੁਣ ਏਦਾਂ ਹੀ ਆ ਬਸ, ਕੋਈ ਮਦਦ ਕਰ ਦੇਵੇ ਤਾਂ ਠੀਕ ਹੈ, ਨਹੀਂ ਤਾਂ ਸਰਕਾਰ ਕਰੇ, ਤਾਂ ਨਹੀਂ ਤਾਂ ਸਾਡਾ ਤਾਂ ਸਰਿਆ ਹੀ ਹੈ। ਤੁਸੀਂ ਦੇਖ ਸਕਦੇ ਹੋ ਬੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਕਿ ਕਹਿੰਦੇ ਜੋ ਗਰੀਬ ਪਰਿਵਾਰ ਹੈ ਲੈਂਟਰ ਪਾ ਕੇ ਦਿੱਤੇ ਜਾਣਗੇ। ਹਾਲਾਤ ਦੇਖ ਸਕਦੇ ਹੋ ਕਿਸ ਤਰ੍ਹਾਂ ਕਿ ਬਾਲਿਆਂ ਵਾਲੀ ਇਹ ਛੱਤ ਹੈ ਬਹੁਤ ਜ਼ਿਆਦਾ, ਇੱਧਰੋਂ ਵੀ ਤੜ ਗਿਆ, ਇੱਧਰੋਂ ਵੀ ਤੜਿਆ, ਸਾਨੂੰ ਤਾਂ ਖਤਰਾ ਹੈ ਜਦੋਂ ਮਰਜ਼ੀ ਡਿੱਗ ਸਕਦਾ, ਉੱਧਰੋਂ ਵੀ ਤੜਿਆ, ਇੱਧਰੋਂ ਵੀ ਤੜਿਆ। ਦੇਖ ਸਕਦੇ ਹੋ ਕਿ ਇਹ ਜੋ ਗਰੀਬ ਪਰਿਵਾਰ ਸੱਟਾਂ ਵੱਜੀਆਂ ਹੋਈਆਂ ਬੈੱਡ 'ਤੇ ਪਏ ਹੈ, ਅਤੇ ਜੋ ਕਮਰੇ 'ਚ ਰਹਿ ਰਿਹਾ ਅਤੇ ਉਸ 'ਤੇ ਵੀ ਦਰਾੜਾਂ ਪਈਆਂ ਹੋਈਆਂ, ਤੁਸੀਂ ਦੇਖ ਸਕਦੇ ਹੋ ਇਹ ਦਰਾੜਾਂ। ਇੱਕ ਤਾਂ ਪਰਿਵਾਰ ਪਹਿਲਾਂ ਹੀ ਕਿਸ ਤਰ੍ਹਾਂ ਇਹ ਮੰਜੇ 'ਤੇ ਪਿਆ, ਲਾਚਾਰ ਪਰਿਵਾਰ, ਦੂਜੇ ਪਾਸੇ ਦਰਾੜਾਂ ਹੋਈਆਂ, ਕਿਸੇ ਟਾਈਮ ਵੀ ਨੁਕਸਾਨ ਵੀ ਹੋ ਸਕਦਾ। ਪਰ ਕਹਿੰਦੇ ਕਿ ਗਰੀਬ ਦੀ ਮਜਬੂਰੀ ਹੁੰਦੀ ਹੈ, ਲਗਾਤਾਰ ਇੱਥੇ ਕੰਮ ਕਰ ਤਾਂ ਉਹਨਾਂ ਨੇ ਕੀ ਕਰਨਾ, ਕਿਉਂਕਿ ਸੱਟਾਂ ਲੱਗੀਆਂ ਹੋਈਆਂ ਅਤੇ ਰੋਜ਼ੀ ਰੋਟੀ ਤੋਂ ਵੀ ਮਿਸਾਜ ਆ। ਕਿੰਨਾ ਕੁ ਪਿੰਡ ਵਾਲਿਆਂ ਵਾਸੀਆਂ ਨੇ ਮਦਦ ਕੀਤੀ ਆ ਅਤੇ ਉਹ ਇਹਨਾਂ ਦਾ ਇਲਾਜ ਹੋਇਆ। ਇਸ ਤੋਂ ਬਾਅਦ ਤੁਹਾਡੇ ਉੱਤੇ ਤੁਸੀਂ ਇਹਨਾਂ ਦੀ ਮਦਦ ਵੀ ਕਰ ਸਕਦੇ ਹੋ, ਅਸੀਂ ਇਹਨਾਂ ਦਾ ਕੰਟੈਕਟ ਨੰਬਰ ਵੀ ਦੇਵਾਂਗੇ। ਪਿੰਡ ਦਾ ਵੀ ਤੁਹਾਨੂੰ ਡਰੈਸ ਦੱਸਿਆ ਕਿ ਗਦਰੇ ਪਿੰਡ ਦਾ ਨਾਮ ਹੈ, ਲੋਕੇਸ਼ਨ ਗਦਰੇ ਦੀ ਪਾਵਾਂਗੇ, ਤੁਸੀਂ ਇੱਥੇ ਆ ਕੇ ਮਦਦ ਵੀ ਕਰ ਸਕਦੇ ਹੋ। ਫਿਲਹਾਲ ਬੇਟਾ ਵੀ ਮੇਰੇ ਨਾਲੇ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ ਬੇਟਾ, ਦਰਦ ਤਾਂ ਨਹੀਂ ਹੁੰਦਾ? ਥੋੜ੍ਹਾ ਥੋੜ੍ਹਾ ਹੁੰਦਾ ਦਰਦ, ਬੈਠ ਬੂਠ ਨਹੀਂ ਹੁੰਦਾ। ਬੈਠ ਨਹੀਂ ਹੁੰਦਾ ਹੈਗਾ? ਹਾਂਜੀ। ਤੇ ਫਿਰ ਕਿੱਦਾਂ ਕੋਈ ਸਕੂਲੇ ਅਧਿਆਪਕ ਨਾਲ, ਟੀਚਰ ਨਾਲ ਕੋਈ ਗੱਲਬਾਤ ਹੋਈ, ਕਿੱਦਾਂ ਕਿ ਦਸਵੀਂ ਦੀ ਪੜ੍ਹਾਈ ਚੱਲ ਰਹੀ ਸੀ? ਹਾਂਜੀ, ਉਹ ਕਹਿੰਦੇ ਆ ਪੇਪਰ ਰਹਿੰਦੇ ਸੀਗੇ ਵੀ, ਅਸੀਂ ਕਿਹਾ ਮੈਂ ਤਾਂ ਹੁਣ ਦੇ ਨਹੀਂ ਉਹਨੇ ਕਿਉਂਕਿ ਤੁਰ ਨਹੀਂ ਹੁੰਦਾ ਹੈਗਾ। ਜਿੰਨੇ ਵੀ ਦਰਸ਼ਕ ਦੇਖ ਰਹੇ ਕੋਈ ਮਦਦ ਦੀ ਅਪੀਲ ਕਰੋਗੇ? ਹਾਂਜੀ। ਕੀ ਕਹੋਗੇ, ਮਦਦ ਚਾਹੁੰਦੇ ਹੋ, ਕੋਈ ਮਦਦ ਤੁਹਾਡੀ ਹੋ ਜਾਵੇ? ਹਾਂਜੀ, ਮਦਦ ਹੋ ਜਾਵੇ ਤਾਂ ਫਿਰ ਅਸੀਂ ਦੌੜ ਸਕਦੇ ਹਾਂ। ਦੇਖ ਲਓ ਇਹ ਮਾਸੂਮ ਬੱਚਾ ਹੈ, ਕਹਿੰਦਾ ਜੇ ਸਾਡੀ ਕੋਈ ਮਦਦ ਹੋ ਜਾਵੇ ਤਾਂ ਅਸੀਂ ਅਪੀਲ ਕਰਦੇ ਹਾਂ, ਉਹ ਸਾਡੇ ਚੈਨਲ ਵੱਲੋਂ ਵੀ ਅਪੀਲ ਹੈ, ਇਹਨਾਂ ਦੀ ਮਦਦ ਜ਼ਰੂਰ ਕਰੋ। ਥੋੜ੍ਹੇ ਥੋੜ੍ਹੇ ਜਿਹੇ ਵੀ ਆਪਾਂ ਪੈਸੇ ਪਾਈਏ ਤਾਂ ਗਰੀਬ ਪਰਿਵਾਰ ਦੀ ਮਦਦ ਹੋ ਸਕਦੀ ਹੈ, ਪੈਰਾਂ 'ਤੇ ਚੱਲ ਸਕਦਾ, ਇੱਕ ਇਲਾਜ ਅਧੀਨ ਵੀ ਹੈ, ਕਾਫੀ ਜ਼ਿਆਦਾ ਉਸ 'ਤੇ ਵੀ ਖਰਚਾ ਹੈ। ਬਹੁਤ ਜ਼ਿਆਦਾ ਦੁਖੀ ਹੈ, ਦੁੱਖ ਹੈ ਵੀਰ ਜੀ, ਤੁਸੀਂ ਦੇਖ ਸਕਦੇ ਹੋ ਕਿ ਵਾਰ ਵਾਰ ਇਹ ਵੀ ਅੱਖਾਂ ਸਾਫ ਕਰ ਰਹੇ। ਜਦੋਂ ਅਸੀਂ ਇੱਥੇ ਪਹੁੰਚੇ ਸਾਡਾ ਵੀ ਬਹੁਤ ਜ਼ਿਆਦਾ ਮਨ ਦੁਖਿਆ, ਔਰ ਤੁਸੀਂ ਵੀ ਆਪਣਾ ਫਰਜ਼ ਨਿਭਾ ਸਕਦੇ ਹੋ ਜੇਕਰ ਆਪਾਂ ਥੋੜ੍ਹੀ ਥੋੜ੍ਹੀ ਮਦਦ ਕਰੀਏ ਤਾਂ ਪਰਿਵਾਰ ਨੂੰ ਬਹੁਤ ਵੱਡਾ ਆਸਰਾ ਮਿਲ ਸਕਦਾ ਹੈ। ਕੈਮਰਾਮੈਨ ਮਨਜੀਤ ਅਤੇ ਹਰਦੀਪ, ਇਹਨਾਂ ਨਾਲ ਨਿਊਜ਼।